ਸੁਣਿਓ ਐਸ ਬੀਬੀ ਦੀ ਇੱਕ ਵੀਡੀਓ ਲੀਕ ਹੋ ਗਈ ਹੈ ਕਿ ਜਿੰਨੇ ਪੂਰੇ ਪਾਕਿਸਤਾਨ ਵਿੱਚ ਇਸ ਵੇਲੇ ਤੂਫਾਨ ਮਚਾ ਕੇ ਰੱਖ ਦਿੱਤਾ। ਹਰ ਬੰਦਾ ਪਰੇਸ਼ਾਨ ਹੈ, ਕੋਈ ਕਹਿ ਰਿਹਾ ਯਾਰ ਇਹ ਤਾਂ ਇਸ ਤਰ੍ਹਾਂ ਦੀ ਹੈ ਹੀ ਨਹੀਂ ਸੀ, ਇਹਨੇ ਕਿਹੜਾ ਕੰਮ ਕਰ ਦਿੱਤਾ, ਇਹ ਕੀ ਹੋ ਗਿਆ। ਕੋਈ ਕੁਝ ਇਹਦੇ ਬਾਰੇ ਕਹਿ ਰਿਹਾ, ਕੁਝ ਸਮਝੋ ਕਿ ਅਜੀਬੋ ਗਰੀਬ ਲੋਕਾਂ ਦੇ ਤਾਸਰਾਤ ਨੇ। ਕੋਈ ਲੋਕ ਅਫਸੋਸ ਕਰ ਰਹੇ ਨੇ ਕਿ ਹੋਣਾ ਨਹੀਂ ਸੀ ਚਾਹੀਦਾ, ਇਹ ਕਿਉਂ ਹੋ ਗਿਆ, ਇਹ ਤੇ ਬੜੀ ਇਹ ਪਿੰਡ ਥਾਂ ਦੀ ਇੱਕ ਰਹਿਣ ਵਾਲੀ ਬੜੀ ਜਿਹੜੀ ਹੈ ਨਾ ਸਮਝੋ ਕਿ ਸ਼ਰੀਫੁਲ ਨਫਸ ਬੜੀ ਭੋਲੀ ਭਾਲੀ ਜਿਹੀ ਕੁੜੀ ਸੀ, ਇਹਨੇ ਕਿਹੜਾ ਕੰਮ ਕੀਤਾ ਹੈ। ਕੋਈ ਐਡੀਟਿੰਗ ਕਹਿ ਰਿਹਾ, ਕੋਈ ਕੁਝ ਕਹਿ ਰਿਹਾ, ਲੇਕਿਨ ਮੈਂ ਤੁਹਾਨੂੰ ਇਹਦੀ ਅਸਲੀਅਤ ਦੱਸਣ ਲੱਗਾ ਕਿਉਂਕਿ ਮੈਂ ਇਹਨੂੰ ਬੜੇ ਚੰਗੇ ਤਰੀਕੇ ਨਾਲ ਜਾਣਨਾ, ਇੱਕ ਵਾਹ ਰਿਹਾ ਮੇਰਾ ਵੀ ਇਹਦਾ ਹੈ। ਲਓ ਫਿਰ ਅੱਜ ਦੀ ਅਸਲੀਅਤ ਤੁਹਾਨੂੰ ਮੈਂ ਜਿਹੜੀ ਨਾ ਅਸਲ ਕਹਾਣੀ ਮੈਂ ਅੰਦਰ ਦੀ ਤੁਹਾਨੂੰ ਸੁਣਾਉਣਾ ਇਹਦੀ। ਸੁਣਿਓ ਸੰਨ 2020 ਵਿੱਚ ਨਾ ਇਹ ਨਵੀਂ ਨਵੀਂ ਸੀ ਯੂਟਿਊਬ ਦੇ ਉੱਤੇ, ਮੇਰਾ ਕਮੈਂਟ, ਮੈਂ ਜਿਹੜਾ ਚੈਨਲ ਸ਼ੁਰੂ ਕੀਤਾ ਸੀ 20 ਵਿੱਚ ਹੀ, ਉਹਦੇ ਥੱਲੇ ਆ ਕੇ ਮੈਂ ਵੇਖਿਆ ਕਮੈਂਟ ਕਰਦੀ ਹੁੰਦੀ ਸੀ ਕਿਉਂਕਿ ਐਡਾ ਸਾਰਾ ਉਦੋਂ ਚੈਨਲ ਸੀ ਇਹਦਾ। ਮੇਰੇ ਚੈਨਲ ਕੋ ਸਬਸਕ੍ਰਾਈਬ ਕਰੇ, ਮੁਝੇ ਸਪੋਰਟ ਕਰੇ, ਮੈਂ ਗਰੀਬ ਘਰ ਕੀ ਹੂੰ, ਹੈ ਇਹ ਮੈਂ ਉਦੋਂ ਵੇਖਦਾ ਹੁੰਦਾ ਸੀ ਕਮੈਂਟ ਇਹਦੇ। ਖੈਰ ਚਲੋ, ਉਸ ਵੇਲੇ ਇਸ ਬੀਬੀ ਦੇ ਨਾਲ ਇੱਕ ਮੌਲਵੀ ਹੁੰਦਾ ਸੀ ਦਾੜੀ ਵਾਲਾ, ਜਿਹੜੇ ਕਿ ਇਕੱਠੇ ਇੱਕ ਚੈਨਲ ਤੇ ਕੰਮ ਕਰਦੇ ਸੀ ਯੂਟਿਊਬ ਦੇ ਚੈਨਲ ਤੇ। ਬਾਅਦ ਵਿੱਚ ਇਹ ਉਹਦੇ ਤੋਂ ਲੈਦਾ ਹੋ ਜਾਂਦੀ ਹੈ, ਇਹ ਆਪਣਾ ਚੈਨਲ ਬਣਾ ਲੈਂਦੀ ਹੈ। ਜਦੋਂ ਆਪਣਾ ਚੈਨਲ ਬਣਾਉਂਦੀ ਹੈ ਤਾਂ ਮੌਲਵੀ ਫਿਰ ਇਹਦੇ ਕਰਤੂਤ ਜਿਹੜੇ ਨੇ ਨਾ ਦੱਸਦਾ ਕਿ ਇਹਨੇ ਮੇਰੇ ਨਾਲ ਐਗਰੀਮੈਂਟ ਕੀ ਕੀਤਾ ਸੀ ਤੇ ਅੱਗੇ ਇਹਨੇ ਕੀ ਕੀਤਾ ਹੁਣ, ਯਾਨੀ ਕਿ ਅੰਦਰ ਖਾਤੇ। ਉਹਨੇ ਕਿਹਾ ਬੜੀ ਹੁਸ਼ਿਆਰ ਚਲਾਕ ਜਨਾਨੀ ਹੈ, ਇਹ ਉਸ ਮੌਲਵੀ ਦੇ ਨਜ਼ਰਾਂ ਵੇਲੇ ਦੱਸਿਆ, ਜਿਹੜੇ ਲੋਕੀ ਸਟਾਰਟ ਤੇ ਇਹਨੂੰ ਵੇਖਣ ਵਾਲੇ ਉਹਨਾਂ ਨੂੰ ਪਤਾ ਹੋਣਾ ਇਹ ਗੱਲਾਂ ਦਾ। ਲੇਕਿਨ ਅੱਜ ਜਦੋਂ ਇਹਦੀ ਇਹ ਵੀਡੀਓ ਆਈ ਹੈ ਨਾ ਤੇ ਮੈਂ ਖੁਦ ਜਨਾਬੇ ਲਈ ਇੱਕ ਤੌਰ ਪੌਰ ਮੇਰੇ ਪੌਂ ਗਈ ਯਾਰ ਕਿ ਵਾਕਈ ਇਹ ਲੱਗਦੀ ਤੇ ਨਹੀਂ ਸੀ ਇਸ ਤਰ੍ਹਾਂ ਦੀ। ਟੌਪ ਟ੍ਰੈਂਡ ਕੱਲ ਰਿਹਾ ਸਾਰਾ ਦਿਨ ਟਵਿੱਟਰ ਤੇ, ਫੇਸਬੁੱਕ ਤੇ, ਯੂਟਿਊਬ, ਹਰ ਬੰਦਾ ਇਹਨੂੰ ਗੂਗਲ ਤੇ ਵੀ ਸਰਚ ਕਰ ਰਿਹਾ, ਸਭ ਤੋਂ ਪਹਿਲੇ ਨੰਬਰ ਤੇ ਇਹ ਸਰਚ ਹੋ ਰਹੀ ਸੀ ਕੱਲ। ਉਹ ਵੀਡੀਓ ਜਿਹੜੀ ਜੇ ਤੁਹਾਨੂੰ ਮੈਂ ਦੱਸਣਾ ਤੁਹਾਡੇ ਨਾਲ ਕਿ ਉਹ ਹੈ, ਤੁਸੀਂ ਵੇਖ ਲਓ ਕਿ ਤੁਹਾਡੀ ਖੁਦ ਜਨਾਬ ਤੁਹਾਡਾ ਮੀਟਰ ਸ਼ਾਰਟ ਹੋ ਜਾਏਗਾ। ਇਹ ਵੀਡੀਓ ਤੇ ਸੋਹਣੀ ਆਈ ਹੈ ਨਾ, ਮੈਂ ਪਹਿਲੇ ਵੀਡੀਓ ਤੋਂ ਪਹਿਲੇ ਨਾ ਤੁਹਾਡੇ ਨਾਲ ਥੋੜੀ ਜਿਹੀ ਗੱਲ ਕਰ ਲਵਾਂ ਤਾਂ ਕਿ ਇਹਦੀ ਅਸਲੀਅਤ ਦੱਸਣੀ ਵੀ ਬਹੁਤ ਜ਼ਰੂਰੀ ਹੈ। ਖਾਲੀ ਇਹਦੀ ਨਹੀਂ, ਇਹਦੇ ਘਰ ਵਾਲਿਆਂ ਦੀ, ਮਾਂ ਪਿਓ ਦੇ ਭਰਾ ਦੀ ਅਸਲੀਅਤ ਦੱਸਣੀ ਜ਼ਰੂਰੀ ਹੈ ਜਿਹੜਾ ਇਹਦਾ ਕੈਮਰਾਮੈਨ। ਪਿਛਲੇ 2-3 ਸਾਲ ਤੋਂ ਤੁਸੀਂ ਵੇਖ ਰਹੇ ਹੋ ਕਿ ਯੂਟਿਊਬ ਦੇ ਉੱਤੇ ਫਿਰ ਨਾਲ ਨਾਲ ਟਿਕਟੋਕ ਦੇ ਉੱਤੇ ਛਾਈ ਪਈ ਹੈ। ਪਹਿਲੇ ਜਨਾਬ ਸੁੱਕੀ ਜੀ ਪਤਲੀ ਜਿਹੀ ਹੁੰਦੀ ਸੀ, ਇਹ ਪੂਰਾ ਜਿਹੜਾ 20 ਵਿੱਚ ਜਦੋਂ ਮੈਂ ਸਟਾਰਟ ਕਹਿ ਰਿਹਾ ਨਾ, ਜਦੋਂ ਸਾਡੇ ਨਾਲ ਆ ਕੇ ਕਮੈਂਟ ਕਰਦੀ ਹੁੰਦੀ ਸੀ ਯੂਟਿਊਬ ਦੇ ਥੱਲੇ, ਉਦੋਂ ਇਹ ਬਿਲਕੁਲ ਫੁੱਲ ਨਕਾਬ ਵਿੱਚ ਆਉਂਦੀ ਹੁੰਦੀ ਸੀ, ਪੂਰਾ ਜਿਸਮ ਇਹਨੇ ਢੱਕਿਆ ਹੁੰਦਾ ਸੀ, ਫੁੱਲ ਪਰਦਾ ਕਰਦੀ ਸੀ ਤੇ ਬਹੁਤ ਪਿਆਰੀ ਯਕੀਨ ਕਰੋ ਲੱਗਦੀ ਸੀ। ਲੇਕਿਨ ਇਹ ਜਿਹੜਾ ਮਾਲ ਹੁੰਦਾ ਨਾ, ਇਹ ਕੁਝ ਲੋਕਾਂ ਦੇ ਜੀਭਾਂ ਨਿਕਲ ਜਾਂਦੀਆਂ ਨੇ ਡਾਲਰ ਦੇਖ ਕੇ, ਲਿਹਾਜ਼ਾ ਇਹਨਾਂ ਦੀਆਂ ਵੀ ਜੀਭਾਂ ਨਿਕਲ ਗਈਆਂ। ਇਹਦੇ ਵਾਲਦ ਸਾਹਿਬ ਫਰਮਾਉਂਦੇ ਨੇ ਕਿ ਇਹ ਮੇਰੀ ਧੀ ਨੀ ਮੇਰਾ ਪੁੱਤਰ, ਇਹਨੇ ਸਾਨੂੰ ਗੁਰਬਤ ਚੋਂ ਕੱਢ ਕੇ ਤੇ ਕਿੱਥੇ ਕਰੋੜਾਂ ਰੁਪਏ ਦਾ ਕੋਠੀਆਂ ਦਾ ਬੰਗਲਿਆਂ ਦਾ ਮਾਲਕ ਬਣਾ ਦਿੱਤਾ, ਬਣਾ ਸਕਦੀ ਹੈ ਭਾਈ। ਲੇਕਿਨ ਤੁਸੀਂ ਉਹ ਪੈਸਾ ਤਾਂ ਤੁਸੀਂ ਵੇਖਿਆ, ਲੇਕਿਨ ਤੁਸੀਂ ਇਹਦੇ ਕਰਤੂਤ ਨਹੀਂ ਵੇਖੇ ਕਿ ਕਰਦੀ ਕੀ। ਸੁਣ ਲਵੋ ਕਰਦੀ ਕੀ ਇਹ, ਕਿ ਇਹਦਾ ਕੰਮ ਸੀ, ਮੈਂ ਸਟਾਰਟ ਤੁਹਾਨੂੰ ਦੱਸਿਆ ਕਿ ਨਕਾਬ ਆਸਤਾ ਆਸਤਾ ਨਕਾਬ ਜਿਹੜਾ ਨਾ ਉਹ ਲੈਣਾ ਸ਼ੁਰੂ ਹੋ ਜਾਂਦਾ ਕਿ ਇਸ ਤਰ੍ਹਾਂ ਤੇ ਗੱਲ ਨਹੀਂ ਬਣਦੀ, ਉਹ ਸਬਸਕ੍ਰਾਈਬਰ ਉਹ ਵਿਊਜ਼ ਨਹੀਂ ਆਉਂਦੇ। ਇਹਨਾਂ ਨੇ ਕੀ ਕੀਤਾ, ਉਹ ਦੁਪੱਟਾ ਸਿਰ ਤੋਂ ਸਿਰਕ ਜਾਂਦਾ, ਲੈ ਜਾਂਦਾ। ਕੈਮਰਾਮੈਨ ਵੇਖਿਓ ਕਿਹੜਾ ਕੈਮਰਾਮੈਨ, ਇਹਦਾ ਨਿੱਕਾ ਭਰਾ ਜੇ ਐਨਕਾਂ ਵਾਲਾ, ਉਹਦਾ ਵੀ ਚੈਨਲ ਹੈ, ਉਹ ਨਿੱਕਾ ਭਰਾ ਇਹਦਾ ਐਨਕਾਂ ਵਾਲਾ ਜਿਹੜਾ ਇਹਦਾ ਕੈਮਰਾਮੈਨ ਹੁੰਦਾ। ਖੁਦਾ ਦੀ ਇੱਜ਼ਤ ਦੀ ਕਸਮ, ਸਵੇਰ ਸਵੇਰ ਦਾ ਟਾਈਮ ਹੈ, ਮੈਂ ਦਿਲ ਨਹੀਂ ਮੇਰਾ ਕਰਦਾ ਕਿ ਮੈਂ ਇੱਥੇ ਵੀਡੀਓ, ਮੈਂ ਪਹਿਲੇ ਵੀ ਇੱਥੇ ਕਰਨਾ ਚਾਹੁੰਦਾ ਸੀ, ਲੇਕਿਨ ਪਤਾ ਨਹੀਂ ਮੇਰਾ ਜ਼ਮੀਰ ਰੋਕ ਦਿੰਦਾ ਸੀ ਯਾਰ ਛੱਡ ਪਰਾਂ, ਜੇ ਉਹ ਘਰ ਦਾ ਨਿਜ਼ਾਮ ਆਪਣਾ ਚਲਾ ਰਹੀ ਤੇ ਕੀ ਯਾਰ ਇਹਦੇ ਤੇ ਗੱਲ ਕਰਨੀ। ਲੇਕਿਨ ਇਸ ਬੀਬੀ ਨੇ ਫਹਾਸ਼ੀ ਦੇ ਉਹ ਰਿਕਾਰਡ ਬਣਾਏ ਨਾ ਮਾਸੂਮੀਅਤ ਦੇ ਵਿੱਚ, ਇਹਨੇ ਅਸਲ ਕੱਪੜੇ ਪਾਉਣ ਦੇ ਬਾਵਜੂਦ ਵੀ ਜਨਾਬੇ ਅਲਫ ਲੀਲਾ ਹੋ ਕੇ ਇਹ ਸਾਰਾ ਕੁਝ ਵਿਖਾਉਂਦੀ ਤੇ ਕਰਦਾ। ਵੀਡੀਓ ਕੌਣ ਸ਼ੂਟ ਕਰਦਾ ਰਿਹਾ ਭਰਾ, ਇਹ ਗੈਰਤਾਂ ਵਾਲੇ ਭਰਾ ਦਾ ਤੁਸੀਂ ਕੰਮ ਵੇਖਣਾ, ਉਹ ਟਿਊਬਵੈਲ ਤੇ ਨਹਾ ਰਹੀ ਹੈ, ਕਿੰਨੇ ਕਿੰਨੇ ਵੀਡੀਓ ਨਹੀਂ ਵੇਖੀ, ਸਾਰਾ ਜਿਸਮ ਜਿਹੜਾ ਗਿੱਲਾ ਹੈ। ਤੇ ਉਹ ਪਿਛਲੇ ਦਿਨੋਂ ਇੱਕ ਉਹ ਮੈਂ ਉਹ ਦਾਲ ਬਣਾਉਣ ਦੀ, ਪੰਜੀਰੀ ਬਣਾਉਣ ਦੀ ਵੀਡੀਓ ਵੇਖ ਰਿਹਾ ਸਾਂ, ਜਾਣ ਪੁੱਛ ਕੇ ਇਹਨਾਂ ਦੀ ਹਰਕਤਾਂ ਤੁਸੀਂ ਵੇਖੋ ਕਰਦੇ ਕੀ ਨੇ। ਐ ਵੇਨਾ ਦੁਪੱਟਾ ਲਿਆ ਸਿਰ ਤੇ, ਇੱਕ ਸਾਈਡ ਜਿਹੜੀ ਹੈ ਨਾ ਉਹ ਦੁਪੱਟਾ ਲੈ ਲਿਆ। ਹੁਣ ਮੈਂ ਹਰ ਚੀਜ਼ ਖੋਲ ਖੋਲ ਕੇ ਨਹੀਂ ਤੁਹਾਨੂੰ ਦੱਸਾਂਗਾ, ਤੁਸੀਂ ਖੁਦ ਸਮਝ ਜਾਓਗੇ ਕਿ ਮੈਂ ਕਹਿਣਾ ਕੀ ਚਾਹ ਰਿਹਾ।
ਇੱਕ ਸਾਈਡ ਜਿਹੜੀ ਉਹਨੂੰ ਤੇ ਦੁਪੱਟਾ ਲਿਆ, ਇੱਕ ਸਾਈਡ ਜਿਹੜੀ ਉਹਨੂੰ ਤੇ ਖਾਣ ਪੀਣ ਨੂੰ ਸ਼ੇਰ ਨਹੀਂ ਸੀ, ਖਾ ਖਾ ਕੇ ਜਨਾਬ ਵਾਲੀ ਉਹ ਡਰੰਮ ਬਣੀ ਜਾਂਦੀ ਸੀ, ਪਲਵਾਨ ਮੋਟੂ ਪਲਵਾਨ। ਤੇ ਫਿਰ ਇਹਦੇ ਭਰਾ ਦਾ ਕੰਮ ਕੀ ਹੈ, ਇੱਕ ਹੋਰ ਮੈਂ ਵੀਡੀਓ ਇੱਕ ਦਿਨ ਮੇਰੇ ਸਾਹਮਣੇ ਨਜ਼ਰ ਕੱਲ, ਬਲਕਿ ਇੱਕ ਡੇਰਾ ਗਾਜ਼ੀ ਖਾਨ ਦਾ ਇੱਕ ਮੇਰਾ ਯਾਰ ਬੇਲੀ ਹੈ, ਉਹਨੇ ਬਾਹਰੋਂ ਮੈਨੂੰ ਫੋਨ ਕੀਤਾ, ਕਹਿੰਦਾ ਯਾਰ ਕਮਾਈ ਤੇ ਆ ਲੋਕ ਪੇ ਕਰਦੇ। ਮੈਂ ਕਿਹਾ ਅੱਲਾ ਪਾਕ ਇਹੋ ਜਿਹੀ ਕਮਾਈ ਤੋਂ ਬਚਾਏ, ਅਸੀਂ ਮੱਠੇ ਮੱਠੇ ਠੀਕ ਆ। ਮੈਂ ਕਿਹਾ ਯਾਰ ਉਹ ਕਮਾਈ ਕਾਹਦੀ ਏ, ਕਿ ਉਹ ਭੈਣ ਜਿਹੜੀ ਹੈ ਉਹ ਚੱਲੀ ਹੈ ਕਿਤੇ ਕਿਤੇ ਚੱਲੀ ਹੈ, ਸਕੂਟਰ ਤੇ ਬਹਿਣ ਲੱਗੀ ਹੈ, ਤੇ ਉਹ ਬੰਦਾ ਫਰੰਟ ਤੋਂ ਜਿਹੜਾ ਨਾ ਉਹਨੂੰ ਸੀਨ ਨਹੀਂ ਲੈ ਰਿਹਾ। ਮੈਂ ਉਹੋ ਜਿਹੇ ਭਰਾ ਦੀ ਗੈਰਤ ਤੇ ਮੈਨੂੰ ਜਿਹੜਾ ਨਾ ਸ਼ੱਕ ਹੁੰਦਾ ਹੈ ਕਿ ਕੀ ਹੈ ਯਾਰ, ਕਿ ਉਹਨੂੰ ਹਮੇਸ਼ਾ ਜਿਹੜੀ ਨੇ ਬੈਕ ਸਾਈਡ ਜਿਹੜੀ ਪਿਛਵਾੜੇ ਉਧਰੋਂ ਜਿਹੜਾ ਉਹਨੇ ਉਹ ਵਿਖਾਉਣਾ ਹੁੰਦਾ ਸਾਰਾ ਕੁਝ। ਤੁਸੀਂ ਵੇਖ ਲਓ ਇੱਕ ਪਿਛਲੇ ਦਿਨ ਇੱਕ ਆਪਣਾ ਸਬਜ਼ੀ ਦੀ ਵੀਡੀਓ ਸੀ ਗਾਲਬਨ, ਕੀ ਸੀ ਯਾਰ ਆਲੂ ਗੋਭੀ, 10 ਮਿਲੀਅਨ ਤੋਂ ਉੱਤੇ ਵਿਊਜ਼ ਪਏ ਨੇ, ਕੱਖ ਕੰਡਾ ਨੇ ਵੀਡੀਓ ਦੇ ਵਿੱਚ, ਲੇਕਿਨ ਬਹੁਤ ਕੁਝ ਵੀ ਹੈ ਵੀਡੀਓ ਦੇ ਵਿੱਚ ਥਰਕੀਆਂ ਵਾਸਤੇ। ਉਸ ਗੈਰਤਾਂ ਵਾਲੇ ਭਰਾ ਨੇ ਕੀ ਕੀਤਾ ਕਿ ਇਸ ਤਰ੍ਹਾਂ ਕਰਕੇ ਬੈਠੀ ਹੈ, ਕਮੀਜ਼ ਚੁੱਕੀ ਹੁੰਦੀ ਹੈ, ਟੈਟ ਜਿਹੜੀ ਹੈ ਨਾ ਉਹ ਸ਼ਲਵਾਰ ਪਤਾ ਨੀ ਹੁਣ ਪਜਾਮਾ ਕੀ ਆਖਦੇ ਨੇ ਯਾਰ ਉਹ ਪਾਇਆ ਹੁੰਦਾ, ਸਾਹਮਣੇ ਕੈਮਰਾ, ਮੈਨੂੰ ਲੱਗਦਾ ਉਹ ਲੰਮਾ ਪੈ ਕੇ ਜਿਵੇਂ ਪਸ਼ਤੋ ਫਿਲਮਾਂ ਚ ਨੀ ਲੰਮਿਆਂ ਪੈ ਕੇ ਉਹ ਕੈਮਰਾਮੈਨ ਕਰਦੇ ਹੀਰਵਾਨਾਂ ਦਾ ਹਾਲ, ਇਸ ਤਰ੍ਹਾਂ ਕਰਕੇ ਕੈਮਰਾ ਮਾਰ ਕੇ ਵਿਖਾ ਰਿਹਾ ਸੀ। 10 ਮਿਲੀਅਨ ਆਲੂ ਗੋਭੀ ਦੀ ਵੀਡੀਓ ਤੇ ਆ ਜਾਣੇ, ਤੁਹਾਨੂੰ ਕੀ ਲੱਗਦਾ ਲੋਕੀ ਆਲੂ ਗੋਭੀ ਕੀ ਵੇਖਣ ਵਾਸਤੇ ਵੀਡੀਓ ਵੇਖਦੇ ਨੇ? ਫਿਰ ਨਹੀਂ, ਸਮਝ ਆਈ ਨਾ, ਇਹ ਚੀਜ਼ਾਂ ਨੇ ਜਿੱਥੋਂ ਜਨਾਬ ਵਾਲੀ ਇਹਨਾਂ ਨੇ ਤਬਾਹੀ ਫੇਰ ਕੇ ਰੱਖ ਦਿੱਤੀ ਸੀ। ਆਪਣੇ ਨੂੰ ਤੇ ਆਖਣਾ ਅਸੀਂ ਦੁਪੱਟਾ ਲਿਆ, ਅਸੀਂ ਜੀ ਪੂਰੇ ਕੱਪੜੇ ਪਾਏ ਨੇ, ਅਸੀਂ ਜੀ ਬਿਲਕੁਲ ਸਹੀ ਵੀਡੀਓ ਬਣਾ ਰਹੇ, ਲੇਕਿਨ ਤੁਸੀਂ ਜਦੋਂ ਜਿਸਮ ਦੇ ਸਾਰੇ ਅਜ਼ਾਬ ਖਾਣੇ ਨੇ ਨਾ, ਤੇ ਇਹ ਉਹ ਬੀਬੀ ਸੀ ਕਿ ਇਹਦੇ ਨਾਲ ਵੇਖੋ ਵੇਖੀ ਲੋਧਰਾ ਸਾਈਡ, ਮੁਲਤਾਨ ਸਾਈਡ, ਮੁਜ਼ੱਫਰਗੜ੍ਹ, ਆਪਣਾ ਜਿੰਨਾ ਵੀ ਇਹ ਏਰੀਆ ਨਾ ਡੇਰਾ ਗਾਜ਼ੀ ਖਾਨ ਦਾ, ਇਲਾ ਮਾਸ਼ਾ ਅੱਲਾ ਅਜਰ ਸੁਰੈਕੀ ਲੋਕ ਨੇ, ਇਹਨਾਂ ਨੇ ਸੱਚੀ ਪੁੱਛੋ ਕਿ ਤਬਾਹੀਆਂ ਫੇਰ ਕੇ ਰੱਖ ਦਿੱਤੀਆਂ ਨੇ। ਕੀ ਕਰਦੇ ਨੇ ਕਿ ਬੰਦੇ ਜਿਹੜੇ ਨਾ ਵਿਆਹ ਕਰਾਏ ਨੇ, ਬੰਦੇ ਕੈਮਰਾਮੈਨ ਬਣ ਜਾਂਦੇ ਨੇ, ਹਾਂਜੀ ਉਹ ਕੀ ਮੈਂ ਕਵਾਂ ਯਾਰ, ਕਿੱਥੇ ਗਈਆਂ ਟੁਰ ਗਈਆਂ ਗੈਰਤਾਂ, ਸ਼ਰਮਾ ਹਿਆ ਪਤਾ ਨੀ ਲੋਕਾਂ ਦੇ ਕਿੱਥੇ ਤੁਰ ਗਏ, ਉਹ ਡਾਲਰ ਵੇਖ ਕੇ ਲੋਕਾਂ ਦੀਆਂ ਜੀਭਾਂ ਹਲਕੇ ਹੋ ਗਏ, ਜੀਭਾਂ ਨਿਕਲ ਆਈਆਂ ਨੇ ਬਾਹਰ, ਉਹਨਾਂ ਨੂੰ ਕੀ ਕਰਨਗੇ ਕਿ ਉਹ ਬੀਬੀ ਕੋਈ ਝਾੜੂ ਮਾਰਨ ਡਈ, ਉਹਦੀ ਬੈਕ ਸਾਈਡ ਤੋਂ ਕੈਮਰਾ ਮਾਰ ਰਹੇ ਹੁੰਦੇ ਨੇ, ਕੋਈ ਫਰੰਟ ਵਿਖਾ ਰਿਹਾ ਹੁੰਦਾ, ਕੋਈ ਨਹਾਉਂਦੀ ਨੂੰ, ਕੋਈ ਗੋਹੇ ਲੈ ਕੇ ਜਾਂਦੀ ਨੂੰ, ਉਹ ਅੰਗ ਅੰਗ ਹਿਲਦਾ, ਉਹੋ ਜਿਹੇ ਟੈਟ ਕੱਪੜੇ ਛੋਟੇ ਛੋਟੇ ਪਾਣੇ। ਯਾਰ ਪੈਸੇ ਕਮਾਉਣ ਦੇ ਬੜੇ ਜ਼ਰੀਏ ਨੇ, ਜ਼ਰੂਰੀ ਤੁਸੀਂ ਜਿਸਮ ਵਿਖਾਓਗੇ ਤੇ ਫੇਰ ਹੀ ਤੁਸੀਂ ਪੈਸੇ ਕਮਾਓਗੇ ਤੇ ਫੇਰ ਹੀ ਮਾਲ ਆਏਗਾ। ਯਾਰ ਤੁਸੀਂ ਬਹਿ ਕੇ ਸੋਹਣੀ ਗੱਲ ਕਰ ਸਕਦੇ ਹੋ, ਬੜੀਆਂ ਬੜੀਆਂ ਜਿਹੜਾ ਪਏ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਰਸਾ ਸੋਹਣਾ ਕੰਮ ਕਰ ਰਹੀਆਂ ਨੇ ਯੂਟਿਊਬ ਦੇ ਉੱਤੇ, ਇੰਟਰਨੈਟ ਦੇ ਉੱਤੇ, ਕਿ ਪੂਰਾ ਪੂਰਾ ਲਿਬਾਸ ਪਾ ਕੇ, ਇੱਥੋਂ ਤੱਕ ਕਿ ਅਬਾਏ ਪਾ ਕੇ, ਫਿਰ ਉਹਨਾਂ ਨਕਾਬ ਕਰਕੇ, ਉਹਦੇ ਵਿੱਚ ਬੜਾ ਸ਼ਾਨਦਾਰ, ਐਸੀਆਂ ਐਸੀਆਂ ਸੋਹਣੀਆਂ ਗੱਲਾਂ ਕਰਦੀਆਂ, ਲੇਕਿਨ ਇਹਨਾਂ ਲੋਕਾਂ ਕੋਲ ਗੱਲਾਂ ਤੇ ਹੈ ਕੋਈ ਨਹੀਂ, ਇਹ ਪਿਛਵਾੜੇ ਹੀ ਹੈ ਨਾ ਬਸ, ਵਿਖਾ ਵਿਖਾ ਕੇ ਤੇ ਉਹ ਕਮਾਈ ਜਾ ਰਹੇ ਤੇ ਕੋਠੀਆਂ ਪਾਈ ਜਾ ਰਹੇ ਨੇ। ਲੇਕਿਨ ਆਪਣੀ ਇਮਾਨਦਾਰੀ ਨਾਲ ਸੋਚੋ, ਇਹ ਜਿਸ ਤਰ੍ਹਾਂ ਦਾ ਵੀ ਕੰਮ ਲੋਕੀ ਕਰਦੇ ਨੇ, ਕੋਈ ਇਹਨਾਂ ਦੀ ਕੋਈ ਇੱਜ਼ਤ ਵੀ ਹੈ ਮੁਆਸ਼ਰੇ ਵਿੱਚ? ਮਾਜ਼ਰਤ ਦੇ ਨਾਲ ਕੋਈ ਹੈ ਇੱਜ਼ਤ ਯਾਰ? ਹੁਣ ਜਿਹੜਾ ਕੰਮ ਹੈ ਅਲੀਜ਼ੇ ਨੇ ਕੀਤਾ, ਬੜੇ ਲੋਕੀ ਉਹ ਹੋ ਹੋ ਬੜੀ ਭੋਲੀ ਭਾਲੀ, ਕਾਹਦੀ ਭੋਲੀ ਭੋਲੀ ਯਾਰ, ਪਿਛਲੇ 4 ਸਾਲ ਤੋਂ ਤਾਂ ਲੋਕਾਂ ਨੂੰ ਫੁੱਦੂ ਬਣਾ ਕੇ ਮਾਲ ਕਮਾ ਰਹੇ ਨੇ, ਕੋਈ ਰਹਿ ਗਿਆ ਇਹਦਾ ਜਿਸਮ ਦਾ ਕੋਈ ਹਿੱਸਾ ਜਿਹੜਾ ਇਹਨੇ ਵਿਖਾਇਆ ਨਾ ਹੋਏ? ਉਹ ਗੈਰਤਾਂ ਵਾਲੇ ਕੈਮਰਾਮੈਨ ਭਰਾ ਨੇ ਕਿਹੜੀ ਸ਼ਾਇ ਛੱਡੀ ਇਹਦੀ, ਉੱਥੋਂ ਵਿਖਾਣੀ ਹੈ ਕਿ ਵੇਖਣ ਵਾਲੇ ਬੰਦੇ ਦੀਆਂ ਰਾਲਾਂ ਡਿੱਗਣ ਲੱਗ ਪੈਣ। ਹੁਣ ਇਹ ਕੈਮ ਇਹ ਜਿਹੜੇ ਹੁਣ ਆਪਣਾ ਇੱਕ ਚੀਜ਼ ਇਹ ਵੀ ਵੇਖੋ ਤੁਸੀਂ, ਜਿਹੜੇ ਲੋਕੀ ਆਪਣੀਆਂ ਧੀਆਂ ਭੈਣਾਂ ਨੂੰ ਉਹ ਮੋਬਾਈਲ ਲੈ ਕੇ ਦੇਣੇ, ਆਖਣਾ ਕਿ ਇੰਟਰਨੈਟ ਤੇ ਕੰਮ ਕਰੋ ਯੇ ਵੋ, ਉਹਨਾਂ ਵਾਸਤੇ ਵੀ ਸੋਚਣ ਦੀ ਗੱਲ ਹੈ। ਤੇ ਉਹਨਾਂ ਬੀਬੀਆਂ ਵਾਸਤੇ ਜਿਹੜੀਆਂ ਯੂਜ਼ ਕਰਦੀਆਂ ਨੇ ਇੰਟਰਨੈਟ, ਉਹਨਾਂ ਵਾਸਤੇ ਵੀ ਇਹ ਸੋਚਣ ਵਾਲੀ ਗੱਲ ਹੈ ਕਿ ਕਦੀ ਕਿਸੇ ਤੇ ਇੰਨਾ ਅੱਖਾਂ ਬੰਦ ਕਰਕੇ ਅੰਧਾ ਇਤਮਾਦ ਨਾ ਕਰੋ ਕਿ ਉਹ ਇਸ਼ਕ ਕਰਦਾ ਤੇ ਯੇ ਜਾਨ ਮੇਰੀ ਯੇ ਵੋ। ਇਹੋ ਕੁਝ ਅਲੀਜ਼ੇ ਨਾਲ ਵੀ ਹੋਇਆ, ਵਿਆਹ ਤੇ ਕਰਦੇ ਨਹੀਂ ਤੇ ਮਾਂ ਪਿਓ, ਸਮਝ ਆਈ ਗੱਲ? ਧਿਆਨ ਨਾਲ ਸੁਣੀ ਜਾਓ, ਮੈਂ ਉਹ ਗੱਲਾਂ ਦੱਸਾਂਗਾ ਜਿਹੜੇ ਕਿ ਕੌੜੇ ਸੱਚ ਨੇ। ਵਿਆਹ ਤੇ ਮਾਂ ਪਿਓ ਕਰਨ ਨਹੀਂ ਡੇ, ਕਿਉਂ ਨਹੀਂ ਕਰਨ ਡੇ ਵਾਲਾ? ਮਾਲ ਬੰਦ ਹੋ ਜਾਣਾ ਸਰਕਾਰ, ਮਾਲ ਦੂਜੇ ਪਾਸ ਦੂਜੇ ਘਰ ਟੁਰ ਜਾਣਾ, ਤੇ ਐਨਕ ਭਾਊ ਜਿਹੜਾ ਕੈਮਰਾਮੈਨ ਇਹਦਾ ਕੀ ਬਣੇਗਾ, ਇਸ ਘਰ ਦਾ ਕੀ ਬਣੇਗਾ ਮੁੜ ਕੇ? ਉਹ ਜਿਵੇਂ ਮੈਨੂੰ ਯਾਦ ਪੈਂਦਾ ਕਿ ਉਹ ਅਸੀਂ ਬੜੀਆਂ ਕਿੱਸੇ ਕਹਾਣੀਆਂ ਜਿਹੜੇ ਫਿਲਮ ਇੰਡਸਟਰੀ ਦੇ ਹਵਾਲੇ ਨਾਲ ਵੀ ਸੁਣੀ ਹੈ ਕਿ ਬਹੁਤੀਆਂ ਹਿਰਵਾਨਾਂ ਤੁਹਾਨੂੰ ਪਤਾ ਹੈ ਕਿ ਹੀਰਾ ਮੰਡੀ ਕੋਠੇ ਤੋਂ ਹੀ ਆਈਆਂ,
ਇਹ ਕਿਉਂ ਵਿਆਹ ਨਹੀਂ ਹੁੰਦੇ ਜਦੋਂ ਕਿਤੇ ਉਹ ਹੀਰੋਇਨ ਜਿਹੜੀ ਕਿਸੇ ਹੀਰੋ ਨਾਲ ਫਸ ਜਾਂਦੀ ਸੀ ਉਹ ਵਿਆਹ ਕਰਾਉਣਾ ਚਾਹੁੰਦੀ, ਘਰ ਵਾਲੇ ਕਿਉਂ ਜਨਾਬ ਪਰੇਸ਼ਾਨ ਹੋ ਜਾਂਦੇ ਸੀ ਤੇ ਉਹ ਇਹਨਾਂ ਨੇ ਸਕੈਂਡਲ ਬਣਵਾ ਕੇ ਇਹਨੀਆਂ ਗੱਲਾਂ ਫਵਾਵਾਂ ਉਡਾ ਕੇ ਤੁੜਵਾ ਦਿੰਦੇ ਹੁੰਦੇ ਸੀ ਕਿ ਜੇ ਇਹ ਉਸ ਪੀਆ ਘਰ ਟੁਰ ਗਈ ਤੇ ਸਾਡਾ ਤੇ ਪਿੱਛੋਂ ਕੀ ਬਣੇਗਾ, ਅਸੀਂ ਤੇ ਭੁੱਖੇ ਮਰ ਜਾਵਾਂਗੇ। ਇਹੋ ਕੁਝ ਇਹਦੇ ਮਾਂ ਪਿਓ ਕਰਨ ਡੇ ਸੀ। ਵਿਆਹ ਨਹੀਂ ਸੀ ਕਰਦੇ ਪਏ ਕਿ ਚਲੋ ਮਾਲ ਤੇ ਆਉਣ ਦਾ, ਹੁਣ ਜਦੋਂ ਵਿਆਹ ਨਹੀਂ ਸੀ ਵੀ ਕਰਦੇ ਤੇ ਆਖਰ ਉਹ ਜਵਾਨ ਕੁੜੀ ਸੀ, ਉਹਨੇ ਵੀ ਕਿਤੇ ਦਿਲ ਲਾ ਲਿਆ। ਹੁਣ ਵੀਡੀਓ ਕਾਲ ਹੋਣ ਡਈ ਏ ਸੋਹਣਿਓ, ਵੀਡੀਓ ਕਾਲ ਪਈ ਹੁੰਦੀ ਏ ਤੇ ਉੱਥੇ ਉਹਨੇ ਕਿਤੇ ਫਰਮਾਇਸ਼ ਕੀਤੀ ਹੋਣੀ ਏ ਆਸ਼ਕ ਨੇ ਕਿ ਜਰਾ ਸੋਹਣੀ ਏ ਵਿਖਾ ਆਪਣਾ ਸਰੀਰ, ਲਿਆਜ਼ਾ ਬੀਬੀ ਨੇ ਪਰਵਾਹ ਨੀ ਕੀਤੀ, ਉਹਨੇ ਜਨਾਬ ਚੁੱਕ ਦਿੱਤੇ ਲੀੜੇ ਫਿਰ ਉਹ ਸਰੀਰ ਵਿਖਾ ਦਿੱਤਾ। ਉਹਨੇ ਉੱਧਰ ਕੰਦਰ ਨੇ ਕੰਜਰ ਨੇ ਜਿਹੜੀ ਏ ਨਾ ਉਹ ਰਿਕਾਰਡਿੰਗ ਲਾਈ ਸੀ, ਭਰ ਲਿਆ ਸਾਰਾ ਕੁਝ ਉਹਨੇ ਆਪਣੇ ਉੱਤੇ ਤੇ ਉਹਨਾਂ ਨੇ ਫੋਟੋ ਲਾ ਦਿੱਤੀ ਇਹਦਾ, ਫਿਰ ਸਾਰਾ ਕੁਝ ਕੋ ਮਾਮਲਾ ਬਣ ਕੇ ਹੁਣ ਇਹਨਾਂ ਅੱਗੇ ਇਖਤਲਾਫਾਤ ਪੈ ਜਾਂਦੇ ਨੇ, ਲਿਆਜ਼ਾ ਉਹਨੇ ਰਿਲੀਜ਼ ਕਰ ਦਿੱਤੀ ਵੀਡੀਓ। ਸੋਹਣਿਓ ਇਹ ਜੇ ਭੋਲੀ ਪਾਲੀ ਤੁਹਾਡੀ ਅੰਦਰ ਖਚਰੀ ਏ, ਅੰਦਰ ਪੂਰੇ ਦਿਨਾਂ ਦੀ ਹੈ, ਪੂਰੇ ਚਸਕੇ ਲੈਂਦੀ ਏ ਤੇ ਫਿਰ ਇਹ ਕੰਮ ਤੇ ਹੋਣਾ। ਜਿਹੜੇ ਪਿਛਲੇ ਦੋ ਤਿੰਨਾਂ ਸਾਲਾਂ ਤੋਂ ਤੁਸੀਂ ਗੁੱਲ ਖਿਲਾ ਰਹੇ ਸੋ ਨਾ, 4 ਸਾਲ ਤੋਂ, ਉਹ ਫਿਰ ਤੁਹਾਡੇ ਸਾਹਮਣੇ ਉਹਦਾ ਫਲ ਪੱਕ ਕੇ ਤੇ ਆਉਣਾ ਹੀ ਆਉਣਾ ਸੀ। ਤੇ ਮੈਨੂੰ ਸੱਚੀ ਪੁੱਛੋ ਨਾ, ਦਿਲੀ ਤੌਰ ਤੇ ਮੈਨੂੰ ਸੁਬਾ ਸੁਬਾ ਦਾ ਟਾਈਮ, ਮੈਨੂੰ ਅਫਸੋਸ ਹੈ ਕਿ ਨਹੀਂ ਸੀ ਹੋਣਾ ਚਾਹੀਦਾ। ਅੱਲਾ ਪਾਕ ਸਭ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਰੱਖੇ, ਲੇਕਿਨ ਜਦੋਂ ਤੁਸੀਂ ਸਾਰਾ ਦਿਨ ਖੁਦ ਲੋਕਾਂ ਦੇ ਸਾਹਮਣੇ ਪਲੇਟ ਭਰ ਕੇ ਸਾਲਾਂ ਰੱਖਦੇ ਰਹੋਗੇ ਨਾ, ਹੈ ਮੋਟੇ ਤੇ ਛੋਟੇ ਕੋਚ ਦੀਆਂ ਪਲੇਟਾਂ ਭਰ ਭਰ ਸਾਹਮਣੇ ਰੱਖੋਗੇ ਤਾਂ ਕਿਤਾ ਜੀ ਨਹੀਂ ਕਰੇਗਾ ਖਾਣ ਨੂੰ। ਇਹਦੇ ਕਸੂਰ ਉਹਦਾ ਤੇ ਹੈ ਹੀ ਹੈ, ਉਹਦੇ ਨਾਲ ਉਹਦੇ ਮਾਂ ਪਿਓ ਦਾ ਕਸੂਰ ਹੈ, ਲੀਜੇ ਦੇ ਉਹਦੇ ਭਰਾ ਦਾ ਕੰਜਰ ਦਾ ਕਸੂਰ। ਇਹ ਵੀਡੀਓ ਬਣਾਉਣਾ ਮੈਨੂੰ ਕੋਈ ਜ਼ਾਤੀ ਇਖਤਲਾਫ ਨਹੀਂ ਕਿਸੇ ਨਾਲ ਵੀ, ਖੁਦਾ ਦੀ ਕਸਮ ਮੈਨੂੰ ਜ਼ਾਤੀ ਤੌਰ ਤੇ ਦੁੱਖ ਹੋਇਆ ਯਾਰ, ਵੇਖ ਕਿ ਕਿਹੜਾ ਕੰਮ ਹੋ ਗਿਆ। ਬਾਅਦ ਚੋਂ ਪਤਾ ਲੱਗਿਆ ਜੀ ਉਹ ਤਸਵੀਰ ਆਈ ਹੈ ਬੋਤਲ ਦੀ, ਉਹ ਡ੍ਰਿਪ ਲੱਗੀ ਹੈ ਸੂਈ, ਜੀ ਉਹਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਕੁਝ ਕਹਿ ਰਿਹਾ, ਜੋ ਮਰਜ਼ੀ ਕਰਦੇ ਰਹੋ। ਹੁਣ ਜਿਹੜੇ ਇੰਨੇ ਤੁਸੀਂ ਡਾਲਰ ਕਮਾਏ, ਕੋਠੀਆਂ ਬੰਗਲੇ ਪਾਏ ਇਸ ਪੈਸੇ ਤੋਂ, ਇਸ ਅੰਗ ਅੰਗ ਸਰੀਰ ਵਿਖਾ ਕੇ, ਤੁਹਾਡੇ ਰਿਸ਼ਤੇਦਾਰ ਤੁਹਾਨੂੰ ਕੀ ਆਉਂਦੇ ਹੋਣ? ਤੁਸੀਂ ਹੁਣ ਇਹ ਦੱਸੋ ਅਲੀਜ਼ੇ ਤੇ ਉਹਦਾ ਭਰਾ ਦੱਸੇ, ਮਾਂ ਪਿਓ ਦੱਸੇ, ਤੁਸੀਂ ਆਪਣੀ ਆ ਧੀ ਦੀ ਭੈਣ ਦੀ ਵੀਡੀਓ ਵੇਖੋਗੇ ਬਹਿ ਕੇ? ਬਲਕਿ ਤੁਸੀਂ ਵੇਖ ਹੀ ਲੈਣੀ, ਅੱਗੇ ਵੀ ਤੁਸੀਂ ਇਹੋ ਕੁਝ ਕਰਦੇ ਰਹੇ ਮਾਜ਼ਰਤ ਦੇ ਨਾਲ। ਗੱਲਾਂ ਮੇਰੀਆਂ ਕੌੜੀਆਂ ਨੇ, ਲੇਕਿਨ ਇਹ ਸਬਕ ਹੈ ਕਿ ਆਇੰਦਾ ਜਿੰਨੇ ਵੀ ਜਿਨ੍ਹਾਂ ਦੀਆਂ ਧੀਆਂ ਭੈਣਾਂ ਇੱਥੇ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਖਿਆਲ ਕਰਨਾ ਚਾਹੀਦਾ, ਸੋਹਣਾ ਕੰਮ ਕਰੋ, ਸੁਥਰਾ ਕੰਮ ਕਰੋ ਯਾਰ। ਕੋਈ ਜ਼ਰੂਰੀ ਤਾਂ ਨਹੀਂ ਕਿ ਤੁਸੀਂ ਇਹ ਚੀਜ਼ਾਂ ਵਿਖਾਓਗੇ ਤੇ ਫਿਰ ਹੀ ਤੁਸੀਂ ਤੁਹਾਨੂੰ ਫੇਮ ਮਿਲੇਗੀ ਤੇ ਫਿਰ ਹੀ ਪੈਸਾ ਆਏਗਾ। ਰੱਬ ਤੋਂ ਡਰੋ, ਕਿਉਂ ਇਹੋ ਜਿਹੇ ਕੰਮਾਂ ਨੂੰ, ਇਹੋ ਜਿਹੇ ਕੀ ਆਉਂਦੇ ਇਸ ਟਾਈਮ ਨੂੰ, ਭੈੜੇ ਟਾਈਮ ਨੂੰ ਤੁਸੀਂ ਖੁਦ ਆਵਾਜ਼ ਮਾਰੀ ਹੈ। ਕੀ ਆਉਂਦੇ ਹੁੰਦੇ ਨੇ, ਆ ਬੈਲ ਮੁਝੇ ਮਾਰ, ਹਨੇ ਵਕਤ ਦੀ ਮਾਰ ਤੁਹਾਡੇ ਤੇ ਪੈਣੀ ਤੇ ਦੁਆ ਹੈ ਕਿ ਅੱਲਾ ਪਾਕ ਸਭ ਨੂੰ ਨੇਕ ਹਦਾਇਤ ਦੇ, ਸਾਡੇ ਸਭ ਤੇ ਅੱਲਾ ਪਾਕ ਆਪਣੇ ਕਰਮ ਨੂੰ ਆਜ਼ੀਆਂ ਕਰੇ। ਅਸੀਂ ਕੋਈ ਦੁੱਧ ਦੇ ਧੁਲੇ ਕੋਈ ਨਹੀਂ ਇੱਥੇ, ਲੇਕਿਨ ਕਮ ਅਜ਼ ਕਮ ਜਿਹੜਾ ਨਾ ਇਹਨਾਂ ਖਿਆਲ ਕਰ ਲਓ ਕਿ ਇਸ ਤਰ੍ਹਾਂ ਦੀ ਕੋਈ ਚੀਜ਼ ਤੁਹਾਡੇ ਸਾਹਮਣੇ ਨਾ ਆਏ ਕਿ ਜਿੱਥੋਂ ਸਾਰੀ ਉਮਰ ਵਾਸਤੇ ਤੁਹਾਡੇ ਸਿਰ ਜਿਹੜੇ ਸ਼ਰਮ ਨਾਲ ਚੁੱਕ ਜਾਣ। ਇਸ਼ਕ ਸਾਰੇ ਲੋਕੀ ਕਰਦੇ, ਲੇਕਿਨ ਕਿਸੇ ਢੰਗ ਨਾਲ ਰਹਿ ਕੇ ਕਰੋ। ਇਹ ਕਾਹਦਾ ਇਸ਼ਕ ਹੋਇਆ ਕਿ ਉਹ ਤੁਸੀਂ ਜਨਾਬ ਲਈ ਉਹ ਫੁੱਲ ਮਤਾਣ ਆਪਣਾ ਕਰ ਲਓ, ਸਾਰਾ ਕੁਝ ਸਾਹਮਣੇ ਹੈ ਵਿਆਹ ਤੋਂ ਪਹਿਲੇ। ਰੱਬ ਜੀ ਸਭ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਫਰਮਾਏ ਤੇ ਦੁਆ ਗੋਵਾਂ ਕੇ ਮਾਲਕ ਕਰਮ ਕਰੇ ਤੇ ਉਹਨਾਂ ਤੇ ਆਪਣੀਆਂ ਰਹਿਮਤਾਂ ਕਰੇ ਤੇ ਸਾਡੇ ਸਭ ਤੇ ਆਪਣੀਆਂ ਰਹਿਮਤਾਂ ਕਰੇ। ਇਹੋ ਜਿਹਾ ਦਿਨ ਰੱਬ ਸੋਹਣਾ ਕਿਸੇ ਨੂੰ ਨਾ ਵਿਖਾਏ। ਆਮੀਨ।